ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਚਰਨ ਸੁਖ ਪ੍ਰਾਪਤ ਹੈ। ਇਹ ਪਵਿੱਤਰ ਸਥਾਨ ਗੁਰਦੁਆਰਾ ਮਨੀਕਰਨ ਸਾਹਿਬ ਕਿਸ ਜਗ੍ਹਾ 'ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੈਠੇ ਸਨ ਅਤੇ ਇੱਥੇ ਕਿਵੇਂ ਚਸ਼ਮਾ ਪ੍ਰਗਟ ਕੀਤਾ ਸੀ, ਉਹ ਤੁਸੀਂ ਇਸ ਤੋਂ ਪਿਛਲੇ ਭਾਗ ਵਿੱਚ ਦੇਖ ਚੁੱਕੇ ਹੋ। ਅੱਜ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਉਹ ਜਗ੍ਹਾ ਜਿਸ ਜਗ੍ਹਾ 'ਤੇ ਗੁਰੂ ਨਾਨਕ ਸਾਹਿਬ ਜੀ ਨੇ ਬੈਠ ਕੇ ਕੀਰਤਨ ਕੀਤਾ ਸੀ ਅਤੇ ਭਾਈ ਮਰਦਾਨੇ ਨੇ ਰਬਾਬ ਵਜਾਈ ਸੀ ਅਤੇ ਇੱਥੇ ਗਰਮ ਪਾਣੀ ਦਾ ਚਸ਼ਮਾ ਪ੍ਰਗਟ ਹੋਇਆ ਸੀ। ਹੋਰ ਕੀ ਹੈ ਇੱਥੇ ਦਰਸ਼ਨ ਕਰਨ ਯੋਗ ਅਤੇ ਤੁਸੀਂ ਇਸ ਸਥਾਨ ਦੇ ਦਰਸ਼ਨ ਕਿਵੇਂ ਕਰ ਸਕਦੇ ਹੋ? ਜੁੜੇ ਰਹੋ ਸਰਵਨ ਸਿੰਘ ਦਰਬਾਰ ਖਾਲਸਾ ਦੇ ਯੂਟਿਊਬ ਚੈਨਲ ਦੇ ਨਾਲ। ਜਿਨ੍ਹਾਂ ਸੰਗਤਾਂ ਨੇ ਅੱਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਕਰ ਦਿਓ। ਆਪ ਦਰਸ਼ਨ ਕਰੋ ਅਤੇ ਹੋਰਨਾਂ ਸੰਗਤਾਂ ਨੂੰ ਦਰਸ਼ਨ ਕਰਵਾ ਕੇ ਲਾਹਾ ਪ੍ਰਾਪਤ ਕਰੋ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਦਰਸ਼ਨ ਕਰ ਰਹੇ ਹੋ ਇਤਿਹਾਸਕ ਯਾਤਰਾ ਦੇ ਅਤੇ ਇਤਿਹਾਸਕ ਗੁਰਦੁਆਰੇ ਜੋ ਕਿ ਹਿਮਾਚਲ ਪ੍ਰਦੇਸ਼ ਵਿੱਚ ਜਿੱਥੇ ਜਿੱਥੇ ਗੁਰੂ ਸਾਹਿਬਾਨ ਜੀ ਦੇ ਚਰਨ ਪਾਏ ਹਨ ਉਹਨਾਂ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰ ਚੁੱਕੇ ਹੋ। ਰਵਾਲਸਰ, ਮੰਡੀ ਸਕੇਤ, ਗੁਰਕੋਠਾ ਅਤੇ ਹੋਰ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਦੇ ਹੋਏ ਅਸੀਂ ਪਹੁੰਚੇ ਹਾਂ ਇਤਿਹਾਸਕ ਗੁਰਦੁਆਰਾ ਮਨੀਕਰਨ ਸਾਹਿਬ। ਮਨੀਕਰਨ ਸਾਹਿਬ ਆਪ ਜੀ ਨੇ ਆਉਣਾ ਹੋਵੇ ਤਾਂ ਆਪ ਜੀ ਨੂੰ ਪੰਜਾਬ ਦੇ ਇਤਿਹਾਸਕ ਸਥਾਨ ਕੀਰਤਪੁਰ ਸਾਹਿਬ ਤੋਂ ਇੱਕ ਰਸਤਾ ਮਿਲਦਾ ਹੈ, ਜਿੱਥੋਂ ਕਿ ਤੁਸੀਂ ਮੰਡੀ ਸਕੇਤ ਹੁੰਦੇ ਹੋਏ ਭੁੰਤਰ ਤੱਕ ਆ ਸਕਦੇ ਹੋ ਅਤੇ ਭੁੰਤਰ ਤੋਂ ਤਕਰੀਬਨ 26 ਕਿਲੋਮੀਟਰ ਦੀ ਵਿੱਥ 'ਤੇ ਇਤਿਹਾਸਕ ਗੁਰਦੁਆਰਾ ਮਨੀਕਰਨ ਸਾਹਿਬ ਹੈ। ਆਪਣਾ ਵਾਹਨ ਹੋਵੇ ਤਾਂ ਚੰਡੀਗੜ੍ਹ ਤੋਂ ਕੀਰਤਪੁਰ ਸਾਹਿਬ, ਕੀਰਤਪੁਰ ਸਾਹਿਬ ਤੋਂ ਬਿਲਾਸਪੁਰ ਮੰਡੀ ਸਕੇਤ ਹੁੰਦੇ ਹੋਏ ਤੁਸੀਂ ਮਨੀਕਰਨ ਸਾਹਿਬ ਤਕਰੀਬਨ 12-13 ਘੰਟੇ ਵਿੱਚ ਆ ਸਕਦੇ ਹੋ। ਅਤੇ ਸਰਕਾਰੀ ਵਾਹਨ ਬੱਸ ਵਗੈਰਾ 'ਤੇ ਆਉਣਾ ਹੋਵੇ ਤਾਂ ਆਪ ਜੀ ਨੂੰ ਉਹ ਵੀ ਕੀਰਤਪੁਰ ਸਾਹਿਬ ਤੋਂ ਹੀ ਮਿਲ ਜਾਂਦੀਆਂ ਹਨ, ਜਾਂ ਹੋਰ ਕਿਸੇ ਸ਼ਹਿਰ ਤੋਂ ਵੀ ਸਿੱਧੀਆਂ ਬੱਸਾਂ ਮਨੀਕਰਨ ਸਾਹਿਬ ਵਾਸਤੇ ਆਉਂਦੀਆਂ ਹਨ ਅਤੇ ਤਕਰੀਬਨ ਉਹੀ 12-13 ਘੰਟੇ ਦਾ ਸਫ਼ਰ ਜੋ ਹੈ ਆਪ ਜੀ ਨੂੰ ਪਹਾੜੀ ਇਲਾਕੇ ਵਿੱਚ ਕਰਨਾ ਪਵੇਗਾ ਅਤੇ ਇਤਿਹਾਸਕ ਗੁਰਦੁਆਰਾ ਮਨੀਕਰਨ ਸਾਹਿਬ ਆ ਸਕਦੇ ਹੋ। ਮਨੀਕਰਨ ਸਾਹਿਬ ਦਾ ਵਾਤਾਵਰਨ ਬਹੁਤ ਹੀ ਠੰਡਾ ਹੈ। ਇਸ ਠੰਡੇ ਇਲਾਕੇ ਦੇ ਵਿੱਚ ਗਰਮ ਪਾਣੀ ਦਾ ਚਸ਼ਮਾ ਹੈ ਅਤੇ ਸੰਗਤਾਂ ਇਸ ਗਰਮ ਪਾਣੀ ਦੇ ਚਸ਼ਮੇ ਵਿੱਚ ਇਸ਼ਨਾਨ ਕਰਦੀਆਂ ਹਨ, ਜੋ ਕਿ ਚਸ਼ਮੇ ਦੇ ਪਾਣੀ ਨੂੰ ਠੰਡਾ ਪਾਣੀ ਮਿਲਾ ਕੇ ਇੱਕ ਸਰੋਵਰ ਵਿੱਚ ਪਾਇਆ ਗਿਆ ਹੈ। ਬਹੁਤ ਸਾਰੀਆਂ ਸੰਗਤਾਂ ਇਸ ਵਿੱਚ ਇਸ਼ਨਾਨ ਕਰਦੀਆਂ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਸ਼ੁਕਰਾਨਾ ਅਦਾ ਕਰਦੀਆਂ ਹਨ। ਇਸ ਇਤਿਹਾਸਕ ਗੁਰਦੁਆਰੇ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੈਠਣ ਦੀ ਉਹ ਜਗ੍ਹਾ ਅੱਜ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਜਿਸ ਜਗ੍ਹਾ 'ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੈਠੇ ਸਨ, ਕੀਰਤਨ ਕੀਤਾ ਸੀ ਅਤੇ ਭਾਈ ਮਰਦਾਨੇ ਨੇ ਰਬਾਬ ਵਜਾਏ ਸੀ। ਗੁਰੂ ਸਾਹਿਬ ਜੀ ਦੇ ਹੁਕਮ ਕਰਕੇ ਭਾਈ ਮਰਦਾਨੇ ਕੋਲ ਇੱਕ ਪੱਥਰ ਚੁਕਵਾਇਆ ਸੀ ਅਤੇ ਸੱਤ ਕਰਤਾਰ ਦਾ ਨਾਂ ਲੈ ਕੇ ਜਦ ਭਾਈ ਮਰਦਾਨੇ ਨੇ ਪੱਥਰ ਚੁੱਕਿਆ ਤਾਂ ਗਰਮ ਪਾਣੀ ਦਾ ਚਸ਼ਮਾ ਪ੍ਰਗਟ ਹੋਇਆ, ਜਿਸ ਚਸ਼ਮੇ ਦੇ ਵਿੱਚ ਭਾਈ ਮਰਦਾਨੇ ਨੇ ਪ੍ਰਸ਼ਾਦੇ ਤਲ ਕੇ ਖਾਧੇ ਅਤੇ ਉਸ ਤੋਂ ਬਾਅਦ ਅੱਜ ਤੱਕ ਇੱਥੇ ਲੰਗਰ ਉਸ ਚਸ਼ਮੇ ਦੇ ਵਿੱਚ ਹੀ ਉਬਾਲ ਕੇ ਬਣਦਾ ਹੈ। ਵੱਡੇ ਵੱਡੇ ਬਰਤਨਾਂ ਦੇ ਵਿੱਚ ਲੰਗਰ ਦੀਆਂ ਰਸਤਾਂ ਪਾ ਕੇ ਪਾਣੀ ਵਿੱਚ ਰੱਖ ਦਿੱਤੀਆਂ ਜਾਂਦੀਆਂ ਹਨ ਅਤੇ ਉਹ ਗੁਰੂ ਘਰ ਲੰਗਰ ਬਣ ਜਾਂਦਾ ਹੈ। ਉਸ ਨੂੰ ਤੜਕਾ ਲਗਾ ਕੇ ਫਿਰ ਗੁਰੂ ਕੇ ਲੰਗਰਾਂ ਵਿੱਚ ਬੇਅੰਤ ਸੰਗਤਾਂ ਨੂੰ ਛਕਾਇਆ ਜਾਂਦਾ ਹੈ। ਇਹ ਦੁਨੀਆ ਵਿੱਚ ਇੱਕੋ ਇੱਕ ਐਸੀ ਜਗ੍ਹਾ ਹੈ ਜਿਸ ਜਗ੍ਹਾ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਸਦਕਾ ਗੁਰੂ ਕੇ ਲੰਗਰ ਪਾਣੀ ਵਿੱਚ ਬਣਦੇ ਹਨ। ਬਿਨਾਂ ਅੱਗ ਤੋਂ ਇੱਥੇ ਲੰਗਰ ਤਿਆਰ ਹੁੰਦਾ ਹੈ ਅਤੇ ਬੇਅੰਤ ਸੰਗਤਾਂ ਛਕਦੀਆਂ ਹਨ। ਜਿਸ ਜਗ੍ਹਾ 'ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੈਠੇ ਸਨ ਉਸ ਜਗ੍ਹਾ ਦੇ ਉੱਪਰਲੀ ਬਿਲਡਿੰਗ ਦੇ ਉੱਤੇ ਹੀ ਮਹਾਰਾਜ ਦਾ ਸਰੂਪ ਦਾ ਪ੍ਰਕਾਸ਼ ਹੈ, ਪਰ ਜਿਸ ਜਗ੍ਹਾ ਗੁਰੂ ਸਾਹਿਬ ਜੀ ਬੈਠੇ ਸਨ ਉਹ ਜਗ੍ਹਾ ਬਹੁਤ ਤਪਦੀ ਹੈ, ਕਿਉਂਕਿ
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉੱਥੇ ਬਾਣੀ ਪੜਨ ਦੇ ਨਾਲ ਉਹ ਪੱਥਰ ਲਾਲ ਸੁਰਖ ਹੋ ਗਿਆ ਸੀ ਅਤੇ ਜਿਸ ਨੂੰ ਇੱਕ ਗਰਮ ਗੁਫਾ ਦਾ ਰੂਪ ਦਿੱਤਾ ਗਿਆ ਹੈ ਅਤੇ ਇਸ ਨੂੰ ਗਰਮ ਗੁਫਾ ਕਹਿੰਦੇ ਹਨ। ਬੇਅੰਤ ਸੰਗਤਾਂ ਇਸ ਗਰਮ ਗੁਫਾ ਦੇ ਵਿੱਚ ਆ ਕੇ ਕੁਝ ਪਲ ਬੈਠਦੀਆਂ ਹਨ, ਮੂਲ ਮੰਤਰ ਦਾ ਜਾਪ ਕਰਦੀਆਂ ਹਨ, ਗੁਰੂ ਨਾਨਕ ਸਾਹਿਬ ਜੀ ਦਾ ਸ਼ੁਕਰਾਨਾ ਅਦਾ ਕਰਦੀਆਂ ਹਨ ਅਤੇ ਗੁਫਾ ਤੋਂ ਬਾਹਰ ਨਿਕਲਦੇ ਹੋਏ ਜਦ ਗਰਮ ਪਾਣੀ ਦਾ ਚਸ਼ਮਾ ਦੇਖਦੇ ਹਨ ਅਤੇ ਗੁਰੂ ਸਾਹਿਬ ਜੀ ਦੀ ਉਪਮਾ ਕੀਤੇ ਬਗੈਰ ਨਹੀਂ ਰਹਿ ਸਕਦੇ। ਇਹ ਉਹ ਚਸ਼ਮਾ ਹੈ ਜਿਸ ਵਿੱਚ ਪਾਣੀ ਨੂੰ ਉਬਲਦੇ ਹੋਏ ਤੁਸੀਂ ਆਪਣੀ ਅੱਖੀਂ ਦੇਖ ਸਕਦੇ ਹੋ। ਬਹੁਤ ਸਾਰੀਆਂ ਸੰਗਤਾਂ ਆਪਣੇ ਘਰ ਤੋਂ ਜਾਂ ਇੱਥੋਂ ਹੀ ਬਾਜ਼ਾਰ ਵਿੱਚੋਂ ਥੈਲੀਆਂ ਲੈ ਕੇ ਉਸ ਵਿੱਚ ਛੋਲੇ ਪਾ ਕੇ ਇਸ ਪਾਣੀ ਵਿੱਚ ਕੁਝ ਪਲ ਰੱਖ ਕੇ ਉਬਾਲ ਕੇ ਆਪਣੇ ਘਰਾਂ ਨੂੰ ਪ੍ਰਸ਼ਾਦ ਦੇ ਰੂਪ 'ਚ ਲੈ ਕੇ ਜਾਂਦੇ ਹਨ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਪਵਿੱਤਰ ਸਥਾਨ ਬਹੁਤ ਸਾਰੀਆਂ ਸੰਗਤਾਂ ਦੇ ਖਿੱਚ ਦਾ ਕੇਂਦਰ ਬਣਿਆ ਹੈ। ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇਸ ਜਗ੍ਹਾ 'ਤੇ ਆਉਂਦੀਆਂ ਹਨ ਅਤੇ ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਦਾ ਆਨੰਦ ਅੱਖੀਂ ਦੇਖ ਕੇ ਲੈਂਦੇ ਹਨ ਅਤੇ ਇਹ ਜਗ੍ਹਾ ਬਹੁਤ ਹੀ ਪਵਿੱਤਰ ਗਿਣੀ ਜਾਂਦੀ ਹੈ ਕਿਉਂਕਿ ਕਈ 100 ਸਾਲ ਪਹਿਲਾਂ ਇਸ ਜਗ੍ਹਾ ਦੇ ਉੱਤੇ ਸ਼ਿਵਜੀ ਅਤੇ ਪਾਰਵਤੀ ਨੇ ਵੀ ਭਗਤੀ ਕੀਤੀ ਸੀ। ਇੱਥੋਂ ਤਕਰੀਬਨ 26 ਕਿਲੋਮੀਟਰ ਦੀ ਵਿੱਚ 'ਤੇ ਖੀਰ ਗੰਗਾ ਦਾ ਨਾਂ ਦਾ ਸਥਾਨ ਹੈ ਜੋ ਕਿ ਸ਼ਿਵਜੀ ਅਤੇ ਪਾਰਵਤੀ ਦੇ ਭਗਤੀ ਕਰਨ ਦੀ ਜਗ੍ਹਾ ਹੈ ਅਤੇ ਬੇਅੰਤ ਸੰਗਤਾਂ ਭਗਤੀ ਕਰਨ ਵਾਲੇ ਸਥਾਨ ਦੇ ਦਰਸ਼ਨ ਕਰਦੇ ਹਨ ਅਤੇ ਰਾਤ ਫਿਰ ਆ ਕੇ ਮਨੀਗੜ੍ਹ ਸਾਹਿਬ ਵੀ ਠਹਿਰਦੇ ਹਨ ਅਤੇ ਇੱਥੇ ਵੀ ਗੁਰੂ ਸਾਹਿਬ ਜੀ ਦੀ ਉਸ ਬਖਸ਼ਿਸ਼ ਦਾ ਆਨੰਦ ਪ੍ਰਾਪਤ ਕਰਦੇ ਹਨ। ਇਸ ਇਤਿਹਾਸਕ ਗੁਰਦੁਆਰੇ ਦੀ ਬਿਲਡਿੰਗ ਬਹੁਤ ਹੀ ਸੋਹਣੀ ਹੈ, ਸੰਗਤਾਂ ਦੀ ਰਿਹਾਇਸ਼ ਦਾ ਖੁੱਲ੍ਹਾ ਪ੍ਰਬੰਧ ਹੈ, ਗੁਰੂ ਕੇ ਲੰਗਰ ਅਤੁੱਟ ਵਰਤਦੇ ਹਨ ਅਤੇ ਦਰਬਾਰ ਦੇ ਵਿੱਚ ਕੀਰਤਨ ਦੀ ਉਹ ਮਦਰ ਧੁਨੀ ਮਨ ਨੂੰ ਮੋਹਿਤ ਕਰ ਦਿੰਦੀ ਹੈ। ਆਪ ਬੇਅੰਤ ਸੰਗਤਾਂ ਨੇ ਦਰਸ਼ਨ ਕੀਤੇ ਹੋਣਗੇ ਪਰ ਜਿਨ੍ਹਾਂ ਸੰਗਤਾਂ ਨੇ ਇਸ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਨਹੀਂ ਕੀਤੇ ਉਹ ਇੱਕ ਵਾਰੀ ਇਸ ਜਗ੍ਹਾ 'ਤੇ ਆ ਕੇ ਜ਼ਰੂਰ ਆਨੰਦ ਲੈਣ ਕਿਉਂਕਿ ਉੱਚੀਆਂ ਉੱਚੀਆਂ ਪਹਾੜੀਆਂ ਦੇ ਵਿੱਚ ਇਹ ਗੁਰਦੁਆਰਾ ਬਹੁਤ ਖੂਬਸੂਰਤ ਹੈ ਅਤੇ ਠੰਡਾ ਇਲਾਕਾ ਹੈ। ਠੰਡੇ ਇਲਾਕੇ ਦੇ ਵਿੱਚ ਗਰਮ ਪਾਣੀ ਦਾ ਇਸ਼ਨਾਨ ਮਨ ਨੂੰ ਮੋਹਿਤ ਕਰਦਾ ਹੈ, ਇੱਕ ਅਲੱਗ ਹੀ ਆਨੰਦ ਦਿੰਦਾ ਹੈ। ਇਸ ਇਤਿਹਾਸਕ ਗੁਰਦੁਆਰੇ ਦੇ ਖੁਦ ਦਰਸ਼ਨ ਕਰੋ ਅਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਹੋਰਨਾਂ ਸੰਗਤਾਂ ਨੂੰ ਦਰਸ਼ਨ ਕਰਵਾਓ। ਆਪ ਜੀ ਨੂੰ ਇਸ ਇਤਿਹਾਸਕ ਗੁਰਦੁਆਰੇ ਦਾ ਮਨੀਕਰਨ ਦੀ ਯਾਤਰਾ ਦਾ ਇਹ ਸਾਰਾ ਸਫ਼ਰ ਕਿਵੇਂ ਲੱਗਾ ਕਮੈਂਟ ਜ਼ਰੂਰ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਇੰਨੀ ਸੇਵਾ ਪਰਿਵਾਰ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।